ਮੁੜ ਕੇ ਬੇਨਤੀ ਆ ਸੰਗਤ ਨੂੰ, ਆ ਸ਼ਰਧਾ ਦੇ ਜਿਹੜੇ ਅੰਨੇ ਲੋਕ ਨੇ ਉਹਨਾਂ ਨੇ ਗੰਦ ਤਾਂ ਪਾਉਣਾ ਹੀ ਪਾਉਣਾ, ਇਹ ਤਾਂ ਸਾਡੇ ਅੱਗੇ ਤੇ ਰੁਕਣਾ ਨਹੀਂ ਹੈਗਾ। ਉਹਨਾਂ ਦੇ ਦਿਮਾਗ ਚ ਚੀਜ਼ ਬੈਠੀ ਹੋਈ ਆ ਵੀ ਖਨੀ ਕੁਦਰਤ ਦੇ ਜਿਹੜੇ ਇਹ ਦਰਿਆ ਬਣਾਏ ਹੋਏ ਨੇ, ਇਹ ਕੁਦਰਤ ਦਾ ਮੰਦਰ ਬਣਾਇਆ ਹੋਇਆ, ਇਹਦੇ ਚ ਗੰਦ ਪਾ ਕੇ ਅਸੀਂ ਪਤਾ ਨੀ ਕਿਹੜਾ ਸੁੱਖ ਮਿਲ ਜੂ ਸਾਨੂੰ। ਆ ਇੱਧਰ ਵੀਡੀਓ ਮਾਰ, ਆ ਦੇਖੋ ਆ ਮੂਰਤੀਆਂ ਪਈਆਂ, ਤੁਹਾਨੂੰ ਮੈਂ ਇੱਕ ਵੀਡੀਓ ਤੁਹਾਨੂੰ ਮੈਂ ਇੱਕ ਵਿੱਚ ਪਾਊਂਗਾ ਜਿਹਦੇ ਚ ਗੁਰੂ ਸਾਹਿਬਾਨਾਂ ਦੀ ਜਾਂ ਧਾਰਮਿਕ ਆਪਣੇ ਕੋਈ ਵੀ ਹਿੰਦੂ ਸਿੱਖ ਮੁਸਲਮਾਨ ਭਰਾ ਨੇ ਉਹਨਾਂ ਦੇ ਜਿਹੜੇ ਵੀ ਆਪਣੇ ਪੈਗੰਬਰ ਹੋਏ ਨੇ ਉਹਨਾਂ ਦੀਆਂ ਫੋਟੋਆਂ ਤੁਸੀਂ ਤੁਹਾਨੂੰ ਮੈਂ ਵੀਡੀਓ ਦਿਖਾਊਂ, ਉਹਦੇ ਵਿੱਚ ਕਿੱਦਾਂ ਰੱਖੀਆਂ ਹੋਈਆਂ ਨੇ। ਹਟਣਾ ਤਾਂ ਹੈ ਨਹੀਂ ਕਿਉਂਕਿ ਜਦੋਂ ਆਪਣੇ ਦਿਮਾਗ ਦੇ ਵਿੱਚ ਚੀਜ਼ ਬੈਠੀ ਹੋਵੇ, ਪਰ ਇੱਕ ਮੈਂ ਗੱਲ ਬੇਨਤੀ ਕਰਦਾ ਕਿ ਜੇ ਪਲਾਸਟਿਕ ਦਾ ਕੁਛ ਵੀ ਸਮਾਨ ਆ ਤੁਸੀਂ ਆਪਦੇ ਘਰੇ ਲੈ ਜਾਇਆ ਕਰੋ, ਜਾ ਕੇ ਤੇ ਬਾਹਰ ਜਿੱਥੇ ਕੂੜਾ ਪਿਆ ਉੱਥੇ ਸੁੱਟ ਦਿਓ। ਦਰਿਆ ਦੇ ਵਿੱਚ ਆਉਂਦੇ ਆ ਲੋਕ, ਦਲੀਏ ਦੀ ਪੂੜੀ ਖੋਲਦੇ, ਦਲੀਆ ਸੁੱਟਦੇ ਆ, ਵਗਾ ਕੇ ਵਿੱਚ ਲਿਫਾਫਾ ਵੀ ਮਾਰਦੇ ਆ। ਬੇਨਤੀ ਕਰਦੇ ਹੱਥ ਬੰਨ ਕੇ, ਹੋਰ ਅਸੀਂ ਕੁਛ ਨਹੀਂ ਕਰ ਸਕਦੇ ਕਿ ਥੋੜਾ ਜਿਹਾ ਸੋਚੋ, ਦਿਮਾਗ ਨਾਲ ਸੋਚੋ, ਆਪਾਂ ਕਿਉਂ ਦਰਿਆਵਾਂ ਦੇ ਦੋਸ਼ੀ ਬਣੇ ਹੋਏ ਆ। ਮੁੜ ਕੇ ਬੇਨਤੀ ਆ ਸੰਗਤ ਨੂੰ, ਆ ਸ਼ਰਧਾ ਦੇ ਜਿਹੜੇ ਅੰਨੇ ਲੋਕ ਨੇ ਉਹਨਾਂ ਨੇ ਗੰਦ ਤਾਂ ਪਾਉਣਾ ਹੀ ਪਾਉਣਾ, ਇਹ ਤਾਂ ਸਾਡੇ ਅੱਗੇ ਤੇ ਰੁਕਣਾ ਨਹੀਂ ਹੈਗਾ। ਉਹਨਾਂ ਦੇ ਦਿਮਾਗ ਚ ਚੀਜ਼ ਬੈਠੀ ਹੋਈ ਆ ਵੀ ਖਨੀ ਕੁਦਰਤ ਦੇ ਜਿਹੜੇ ਇਹ ਦਰਿਆ ਬਣਾਏ ਹੋਏ ਨੇ, ਇਹ ਕੁਦਰਤ ਦਾ ਮੰਦਰ ਬਣਾਇਆ ਹੋਇਆ, ਇਹਦੇ ਚ ਗੰਦ ਪਾ ਕੇ ਅਸੀਂ ਪਤਾ ਨੀ ਕਿਹੜਾ ਸੁੱਖ ਮਿਲ ਜੂ ਸਾਨੂੰ। ਆ ਇੱਧਰ ਵੀਡੀਓ ਮਾਰ, ਆ ਦੇਖੋ ਆ ਮੂਰਤੀਆਂ ਪਈਆਂ, ਤੁਹਾਨੂੰ ਮੈਂ ਇੱਕ ਵੀਡੀਓ ਤੁਹਾਨੂੰ ਮੈਂ ਇੱਕ ਵਿੱਚ ਪਾਊਂਗਾ ਜਿਹਦੇ ਚ ਗੁਰੂ ਸਾਹਿਬਾਨਾਂ ਦੀ ਜਾਂ ਧਾਰਮਿਕ ਆਪਣੇ ਕੋਈ ਵੀ ਹਿੰਦੂ ਸਿੱਖ ਮੁਸਲਮਾਨ ਭਰਾ ਨੇ ਉਹਨਾਂ ਦੇ ਜਿਹੜੇ ਵੀ ਆਪਣੇ ਪੈਗੰਬਰ ਹੋਏ ਨੇ ਉਹਨਾਂ ਦੀਆਂ ਫੋਟੋਆਂ ਤੁਸੀਂ ਤੁਹਾਨੂੰ ਮੈਂ ਵੀਡੀਓ ਦਿਖਾਊਂ, ਉਹਦੇ ਵਿੱਚ ਕਿੱਦਾਂ ਰੱਖੀਆਂ ਹੋਈਆਂ ਨੇ। ਹਟਣਾ ਤਾਂ ਹੈ ਨਹੀਂ ਕਿਉਂਕਿ ਜਦੋਂ ਆਪਣੇ ਦਿਮਾਗ ਦੇ ਵਿੱਚ ਚੀਜ਼ ਬੈਠੀ ਹੋਵੇ, ਪਰ ਇੱਕ ਮੈਂ ਗੱਲ ਬੇਨਤੀ ਕਰਦਾ ਕਿ ਜੇ ਪਲਾਸਟਿਕ ਦਾ ਕੁਛ ਵੀ ਸਮਾਨ ਆ ਤੁਸੀਂ ਆਪਦੇ ਘਰੇ ਲੈ ਜਾਇਆ ਕਰੋ, ਜਾ ਕੇ ਤੇ ਬਾਹਰ ਜਿੱਥੇ ਕੂੜਾ ਪਿਆ ਉੱਥੇ ਸੁੱਟ ਦਿਓ। ਦਰਿਆ ਦੇ ਵਿੱਚ ਆਉਂਦੇ ਆ ਲੋਕ, ਦਲੀਏ ਦੀ ਪੂੜੀ ਖੋਲਦੇ, ਦਲੀਆ ਸੁੱਟਦੇ ਆ, ਵਗਾ ਕੇ ਵਿੱਚ ਲਿਫਾਫਾ ਵੀ ਮਾਰਦੇ ਆ। ਬੇਨਤੀ ਕਰਦੇ ਹੱਥ ਬੰਨ ਕੇ, ਹੋਰ ਅਸੀਂ ਕੁਛ ਨਹੀਂ ਕਰ ਸਕਦੇ ਕਿ ਥੋੜਾ ਜਿਹਾ ਸੋਚੋ, ਦਿਮਾਗ ਨਾਲ ਸੋਚੋ, ਆਪਾਂ ਕਿਉਂ ਦਰਿਆਵਾਂ ਦੇ ਦੋਸ਼ੀ ਬਣੇ ਹੋਏ ਆ। ਮੁੜ ਕੇ ਬੇਨਤੀ ਆ ਸੰਗਤ ਨੂੰ, ਆ ਸ਼ਰਧਾ ਦੇ ਜਿਹੜੇ ਅੰਨੇ ਲੋਕ ਨੇ ਉਹਨਾਂ ਨੇ ਗੰਦ ਤਾਂ ਪਾਉਣਾ ਹੀ ਪਾਉਣਾ, ਇਹ ਤਾਂ ਸਾਡੇ ਅੱਗੇ ਤੇ ਰੁਕਣਾ ਨਹੀਂ ਹੈਗਾ। ਉਹਨਾਂ ਦੇ ਦਿਮਾਗ ਚ ਚੀਜ਼ ਬੈਠੀ ਹੋਈ ਆ ਵੀ ਖਨੀ ਕੁਦਰਤ ਦੇ ਜਿਹੜੇ ਇਹ ਦਰਿਆ ਬਣਾਏ ਹੋਏ ਨੇ, ਇਹ ਕੁਦਰਤ ਦਾ ਮੰਦਰ ਬਣਾਇਆ ਹੋਇਆ, ਇਹਦੇ ਚ ਗੰਦ ਪਾ ਕੇ ਅਸੀਂ ਪਤਾ ਨੀ ਕਿਹੜਾ ਸੁੱਖ ਮਿਲ ਜੂ ਸਾਨੂੰ। ਆ ਇੱਧਰ ਵੀਡੀਓ ਮਾਰ, ਆ ਦੇਖੋ ਆ ਮੂਰਤੀਆਂ ਪਈਆਂ, ਤੁਹਾਨੂੰ ਮੈਂ ਇੱਕ ਵੀਡੀਓ ਤੁਹਾਨੂੰ ਮੈਂ ਇੱਕ ਵਿੱਚ ਪਾਊਂਗਾ ਜਿਹਦੇ ਚ ਗੁਰੂ ਸਾਹਿਬਾਨਾਂ ਦੀ ਜਾਂ ਧਾਰਮਿਕ ਆਪਣੇ ਕੋਈ ਵੀ ਹਿੰਦੂ ਸਿੱਖ ਮੁਸਲਮਾਨ ਭਰਾ ਨੇ ਉਹਨਾਂ ਦੇ ਜਿਹੜੇ ਵੀ ਆਪਣੇ ਪੈਗੰਬਰ ਹੋਏ ਨੇ ਉਹਨਾਂ ਦੀਆਂ ਫੋਟੋਆਂ ਤੁਸੀਂ ਤੁਹਾਨੂੰ ਮੈਂ ਵੀਡੀਓ ਦਿਖਾਊਂ, ਉਹਦੇ ਵਿੱਚ ਕਿੱਦਾਂ ਰੱਖੀਆਂ ਹੋਈਆਂ ਨੇ। ਹਟਣਾ ਤਾਂ ਹੈ ਨਹੀਂ ਕਿਉਂਕਿ ਜਦੋਂ ਆਪਣੇ ਦਿਮਾਗ ਦੇ ਵਿੱਚ ਚੀਜ਼ ਬੈਠੀ ਹੋਵੇ, ਪਰ ਇੱਕ ਮੈਂ ਗੱਲ ਬੇਨਤੀ ਕਰਦਾ ਕਿ ਜੇ ਪਲਾਸਟਿਕ ਦਾ ਕੁਛ ਵੀ ਸਮਾਨ ਆ ਤੁਸੀਂ ਆਪਦੇ ਘਰੇ ਲੈ ਜਾਇਆ ਕਰੋ, ਜਾ ਕੇ ਤੇ ਬਾਹਰ ਜਿੱਥੇ ਕੂੜਾ ਪਿਆ ਉੱਥੇ ਸੁੱਟ ਦਿਓ। ਦਰਿਆ ਦੇ ਵਿੱਚ ਆਉਂਦੇ ਆ ਲੋਕ, ਦਲੀਏ ਦੀ ਪੂੜੀ ਖੋਲਦੇ, ਦਲੀਆ ਸੁੱਟਦੇ ਆ, ਵਗਾ ਕੇ ਵਿੱਚ ਲਿਫਾਫਾ ਵੀ ਮਾਰਦੇ ਆ। ਬੇਨਤੀ ਕਰਦੇ ਹੱਥ ਬੰਨ ਕੇ, ਹੋਰ ਅਸੀਂ ਕੁਛ ਨਹੀਂ ਕਰ ਸਕਦੇ ਕਿ ਥੋੜਾ ਜਿਹਾ ਸੋਚੋ, ਦਿਮਾਗ ਨਾਲ ਸੋਚੋ, ਆਪਾਂ ਕਿਉਂ ਦਰਿਆਵਾਂ ਦੇ ਦੋਸ਼ੀ ਬਣੇ ਹੋਏ ਆ।